ਬਾਤ ਪੈ ਰਹੀ ਅੱਜ ਨਾ ਕੱਲ ਮੈਂ ਬੀਜੀ ਦੇ ਵਿੱਚ ਪੈਣੀ ਨਹੀਂ ਦੇਖੋ ਰੱਬ ਵਰਗੇ ਸੰਗਤਾਂ ਕਿਵੇਂ ਜਿਵੇਂ ਮੋਤੀ ਖਲਾਰੇ ਪਏ ਹੁੰਦੇ ਨੇ ਪਿਆਰ ਵਾਲਿਓ ਇਸ ਕਰਕੇ ਫਿਰ ਰਾਤ ਫੇਰ ਨਾ ਹੋਗੀ ਇਹ ਬਾਤ ਫੇਰ ਨਾ ਹੋਗੀ ਪਿਆਰ ਵਾਲੇ ਬਦਲ ਤੋਂ ਆਏਗੇ ਬਰਸਾਤ ਫੇਰ ਨਾ ਹੋਗੀ ਅੱਜ ਵਰਗਾ ਸਮਾਂ ਖਾਲੂ ਨਹੀਂ ਮਿਲਣਾ ਆਹ ਪਿਆਰ ਦੇ ਨਾਲ ਤਾਂ ਜਿੰਦੇ ਕੋਲ ਆਨੰਦ ਮਾਣੀਏ ਰਵਾ ਨਹੀਂ ਪਾਉਣਾ ਭਾਈ ਪਿਆਰ ਦੇ ਵਿੱਚ ਆ ਕੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪਿਆਰ ਆਪਣੇ ਦਿਲ ਦੇ ਵਿੱਚ ਲੈ ਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਸਰੂਪ ਆਪਣੇ ਅੱਖਾਂ ਦੇ ਸਾਹਮਣੇ ਲੈ ਕੇ ਸਤਨਾਮ ਦਾ ਵਾਹਿਗੁਰੂ ਦਾ ਜਾਪ ਕਰਦੇ ਕਰਦੇ ਹੋਏ ਨਾ ਇਤਿਹਾਸ ਦੇ ਨਾਲ ਜੁੜਨਾ ਆਓ ਜੀ ਤੁਹਾਡੀ ਜਿਸ ਦਾ ਪ੍ਰੋਗਰਾਮ ਸ਼ੁਰੂ ਹੋ ਪਿਆਰ ਦੇ ਨਾਲ ਸਾਹਮਣੇ ਕਰੀਏ ਭਾਈ ਚਿਤੌੜ ਕਰ
ਕਿਹਾ ਜਾਂਦਾ। ਤਾਂ ਕਿ ਆਪਣੀ ਗੱਲ ਤੋਂ ਲਿਖਿਆ ਹੋਇਆ ਆਪ ਜੀ ਦੇ ਨਾਲ ਜੋ ਮੈਂ ਪ੍ਰਸੰਗ ਸ਼ੁਰੂ ਕਰਨ ਲੱਗਿਆ, ਲਓ ਜੀ ਧਿਆਨ ਦੇਣਾ। ਹੁਣ ਝਾਲਾ ਬਾਈ ਬੜੇ ਪਿਆਰ ਵਾਲੀ ਸੀ, ਰੱਬ ਨੂੰ ਮੰਨਣ ਵਾਲੀ ਸੀ, ਆਪਣੇ ਪਤੀ ਪਰਮੇਸ਼ਰ ਦੀ ਹਰ ਇੱਕ ਗੱਲ ਨੂੰ ਛੱਤ ਕਰਕੇ ਮੰਨਦੀ ਸੀ। ਉਹਦਾ ਪਰਮੇਸ਼ਰ ਦੇ ਨਾਲ ਬੜਾ ਪਿਆਰ ਸੀ। ਇੱਕ ਦਿਨ ਕਹਿਣ ਲੱਗੀ, ਪਤੀ ਬੋਲ ਸਵਾਮੀ ਜੀ, ਜੇ ਆਪ ਜੀ ਦੀ ਕਿਰਪਾ ਹੋਵੇ ਨਾ, ਮੈਂ ਅੱਠ ਸਭ ਤੀਰਥਾਂ ਦੇ ਉੱਤੇ ਯਾਤਰਾ ਕਰਿਆ ਵਾ। ਹੁਣ ਉਹਦੇ ਪਤੀ ਨੂੰ ਬੜਾ ਵਿਸ਼ਵਾਸ ਸੀ, ਬਹੁਤ ਵਿਸ਼ਵਾਸ ਸੀ। ਕਹਿਣ ਲੱਗਿਆ ਝਾਲਾ, ਇਹ ਵੀ ਕੋਈ ਪੁੱਛਣ ਵਾਲੀ ਗੱਲ ਆ? ਜਾ ਸਕਦੀ ਹੈ, ਚੰਗੇ ਕੰਮ ਵਾਸਤੇ ਜਾ ਰਹੀ ਹੈ ਤੂੰ। ਲਓ ਜੀ ਉਹਨੇ ਕੁਝ ਗਿਣਤੀ ਦੇ ਪੰਡਤ ਨਾਲ ਲਏ ਨੇ, ਨਾਲ ਕੁਝ ਧਨ ਲਿਆ, ਰਾਸ਼ਨ ਲਿਆ, ਧਨ ਮਾਲ ਲੈ ਕੇ ਅੱਠ ਸੱਤ ਤੀਰਥਾਂ ਦੇ ਉੱਤੇ ਫਿਰਦੀ ਆ। ਪਰ ਕਿਤੋਂ ਮਨ ਨੂੰ ਸ਼ਾਂਤੀ ਨਾ ਆਈ, ਪੂਰਨ ਗੁਰੂ ਨਹੀਂ ਮਿਲਿਆ ਹੈਗਾ, ਕੱਚੇ ਪੱਲੇ ਬਥੇਰੇ ਵਰਗੇ। ਉਹ ਭਾਵਦੀ ਸੀ ਵੀ ਐਸਾ ਗੁਰੂ ਚਾਹੀਦਾ ਜਿਹਦੇ ਦਰਸ਼ਨ ਕਰਨ ਦੇ ਨਾਲ ਮੇਰਾ ਜਿਹੜਾ ਹਿਰਦਾ ਨਾ ਉਹ ਠੰਡਾ ਠਾਰ ਹੋ ਜਾਵੇ। ਪਰ ਇਹੋ ਜਿਹਾ ਗੁਰੂ ਨਾ ਮਿਲਿਆ। ਇੱਕ ਦਿਨ ਕੀ ਮਰਿਆ ਮਹਾਰਾਣੀ ਝਾਲਾ ਬਾਈ ਆਪਣੇ ਕਮਰੇ ਦੇ ਵਿੱਚ ਬੈਠੀ ਆ, ਕਮਰੇ ਦੇ ਵਿੱਚ ਬੈਠੀ ਬੈਠੀ ਪਰਮੇਸ਼ਰ ਨੂੰ ਇੱਕ ਮਿੱਠਾ ਜਿਹਾ ਤਾਨਾ ਮਾਰਦੀ ਆ, ਹੇ ਅਕਾਲ ਪੁਰਖ ਵਾਹਿਗੁਰੂ, ਮੈਂ ਅੱਠ ਸੱਤ ਤੀਰਥਾਂ ਦੇ ਉੱਤੇ ਅਠਾਰ ਤੀਰਥਾਂ ਦੇ ਉੱਤੇ ਜਾ ਕੇ ਆਈ ਹਾਂ, ਮੈਨੂੰ ਕਿਤੇ ਪੂਰਾ ਗੁਰੂ ਨਹੀਂ ਲੱਭਿਆ। ਪੂਰਾ ਗੁਰੂ ਦੱਬਾ ਆ ਕੇ ਦੂਰ ਬੜੀ ਮੰਜ਼ਲ ਫਕੀਰਾਂ ਵਾਲੀ, ਲੋਕਾਂ ਨੂੰ ਕੀ ਪਤਾ ਕਿੱਥੇ ਫਕੀਰ ਵਰਾਜਦੇ, ਸੁਣ ਕੇ ਸਮਾਧੀ ਲੱਗੀ ਨਾਲ ਪਰਮਾਤਮਾ ਦੇ, ਉਹ ਲੋਕਾਂ ਨੂੰ ਕੀ ਪਤਾ ਸਾਧੂ ਸੁੰਦਰ ਅੱਗ ਜਾਗਦੇ, ਕੰਮ ਨਾ ਰਵਾਜਦੇ, ਲੋਕੀ ਅਣਜਾਣ ਮੁੱਲ ਕਾਮ ਦੇ ਪਖੰਡੀਆਂ ਨਾ ਤੁਰਲੇ ਸੋਦੇ ਹੁੰਦੇ, ਫਕੀਰਾਂ ਦੇ ਲਾਗੇ ਉਹਦਾ ਫਿਰਨੇ ਫਿਰਨੇ ਹੀ ਹੁੰਦੇ ਨੇ ਭਾਈ, ਜਿਹੜੇ ਸੱਚੀਆਂ ਆਤਮਾ ਨੂੰ ਪਰਖ ਲੈਂਦੇ ਨੇ, ਪਰਮੇਸ਼ਰ ਦੇ ਪਿਆਰ ਨੂੰ ਪਰਖ ਲੈਂਦੇ ਨੇ। ਹੁਣ ਮਹਾਰਾਣੀ ਝਾਲਾ ਬਾਈ ਆਪਣੇ ਕਮਰੇ ਦੇ ਵਿੱਚ ਬੈਠੀ ਇੱਕ ਪਰਮੇਸ਼ਰ ਨੂੰ ਮਿੱਠਾ ਜਿਹਾ ਤਾਨਾ ਮਾਰਦੀ ਆ, ਦੀਨ ਦੁਨੀਆ ਮਾਲਕਾ ਮੈਂ ਤੀਰਥਾਂ ਦੇ ਉੱਤੇ ਥੱਕ ਕੇ ਹਾਰ ਗਿਆ, ਮੈਂ ਮੰਦਰਾਂ ਦੇ ਵਿੱਚ ਤੈਨੂੰ ਲੰਬ ਲਿਆ, ਮੈਨੂੰ ਤੇਰਾ ਰਿਸ਼ਤਾ ਵਾਸਤੇ ਨਾ ਮੈਨੂੰ ਤੇਰਾ ਟਿਕਾਰਾ ਤਾਂ ਦੱਸ ਦਿੱਤੀ, ਕਿੱਥੇ ਦੱਸਦਾ ਉਸ ਸਮੇਂ ਦਾ ਸੀਨ ਆਪ ਜੀ ਦੀ ਸੇਵਾ ਦੇ ਵਿੱਚ ਜਸਵੀਰ ਸਿੰਘ ਜੀ ਕਹਿ ਰਹੇ ਸਾਡੇ ਪਿੰਡ ਦੇ ਸਰਪੰਚ
ਦਰਵਿੰਦਰ ਸਿੰਘ ਜੀ ਤੈਨੂੰ ਉਹ ਵੀ ਪਹੁੰਚੇ ਨੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ।